ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੀ ਜੋ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਮੈਡੀਕਲ ਵਿਭਾਗ ਦੇ ਵਿੱਚ ਨਿਕਲ ਕੇ ਆ ਚੁੱਕਾ ਹੈ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ एलिਜੀਬਿਲਿਟੀ ਕੀ ਰਹੇਗੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦਨਾ ਜਿਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਤੁਸੀਂ ਸਮਾਂ ਰਹਿੰਦੇ ਉਹਦੇ ਲਈ ਅਪਲਾਈ ਵੀ ਕਰ ਪਾਉਗੇ ਵੈਕੈਂਸੀਸ ਅਲੱਗ-ਅਲੱਗ ਆਊਟ ਹੋਈਆਂ ਨੇ ਐਲੀਜੀਬਿਲਿਟੀ ਵੀ ਅਲੱਗ-ਅਲੱਗ ਹੈ ਸੋ ਮੈਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦਵਾਂਗਾ ਤੁਸੀਂ ਚਾਹੁੰਦੇ ਹੋ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਈਮੇਲ ਬਾਕਸ ਫ੍ਰੀ ਆਫ ਕੋਸਟ ਮਿਲਦਾ ਰਹੇ ਉਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਗੂਗਲ ਜਾਣਾ ਉੱਥੇ ਜਾ ਕੇ ਟਾਈਪ ਕਰਨਾ ਹੈ clory.com ਫਸਟ ਨ ਉਹ ਤੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟਸ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਮੈਂ ਤੁਹਾਡੇ ਲਈ ਹਰ ਇੱਕ ਤਰ੍ਹਾਂ ਦੀਆਂ ਵੈਕੈਂਸੀਸ ਲੈ ਕੇ ਆਂਦਾ ਹੀ ਰਵਾਂਗਾ ਤੁਸੀਂ ਅਗਰ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚੈੱਕ ਕਰਕੇ ਆਪਣੀ ਜਿਹੜੀ ਤੁਸੀਂ ਤਿਆਰੀ ਹੈ ਉਹ ਪੂਰੀ ਹੋ ਜਾਏਗੀ ਤੁਹਾਡੀ ਸੋ ਪੀਡੀਐਫ ਫਾਰਮੈਟ ਚ ਰਹੇਗਾ ਉਹਦੇ ਨਾਲ ਸਿੰਪਲੀ ਕੀ ਹੁੰਦਾ ਜੀ ਤੁਹਾਨੂੰ ਕਿਤੇ ਵੀ ਹੈਂਡੀ ਹੈ ਕਾਫੀ ਤੁਸੀਂ ਕੈਰੀ ਕਰਨਾ ਚਾਹੁੰਦੇ ਹੋ ਮੋਬਾਈਲ ਲੈਪਟਾਪ ਕੰਪਿਊਟਰ ਆਈਪੈਡ ਦੇ ਵਿੱਚ ਉੱਥੇ ਵੀ ਕੈਰੀ ਕਰ ਸਕਦੇ ਹੋ ਰਸਤੇ ਜਾਂਦੇ ਹੋਏ ਵੀ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਪਾਉਗੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਇੰਪੋਰਟੈਂਟ ਡੇਟਸ ਦੀ ਤੇ ਇਹਦੇ ਲਈ ਆਨਲਾਈਨ ਅਪਲਾਈ ਕਰਨਾ ਜਿਹੜਾ ਇਹਨਾਂ ਦੀ ਵੈਬਸਾਈਟ ਤੇ ਉਹ ਆਲਰੇਡੀ ਸਟਾਰਟ ਹੋ ਚੁੱਕਾ ਹੈ ਜੋ ਕਿ 11 2021 ਨੂੰ ਸਟਾਰਟ ਹੋ ਜਾਏਗਾ ਕਲੋਜ਼ਿੰਗ ਡੇਟ ਆਨਲਾਈਨ ਰਜਿਸਟ੍ਰੇਸ਼ਨ ਦੀ 17 11 2021 ਰਹੇਗੀ ਜੀ ਔਰ ਐਡਮਿਟ ਕਾਰਡ ਤੁਸੀਂ 27 11 2021 ਤੱਕ ਡਾਊਨਲੋਡ ਕਰ ਸਕਦੇ ਹੋ ਸੀਬੀਟੀ ਟੈਸਟ ਜਿਹੜਾ ਤੁਹਾਡਾ 75 ਮਾਰਕਸ ਦਾ ਹੋਣਾ ਹੈ 3 12 2021 ਨੂੰ ਹੋਏਗਾ ਠੀਕ ਹੈ ਜੀ ਡਿਕਲੇਰੇਸ਼ਨ ਜਿਹੜਾ ਰਿਜ਼ਲਟ ਹੋਏਗਾ ਸ਼ਾਰਟਲਿਸਟਡ ਕੈਂਡੀਡੇਟ ਦਾ 9 12 2021 ਨੂੰ ਹੋਏਗਾ ਠੀਕ ਹੈ ਜੀ ਐਲੀਜੀਬਿਲਿਟੀ ਨੋਟਿਸ ਜਿਹੜਾ ਇੰਸਟੀਟਿਊਟ ਦੀ ਵੈਬਸਾਈਟ ਤੇ ਕੀਤਾ ਜਾਏਗਾ ਉਹ ਠੀਕ ਹੈ ਜੀ ਡਿਪਾਰਟਮੈਂਟਲ ਇੰਟਰਵਿਊ ਦੇ ਲਈ ਅਸਸਮੈਂਟ ਦੇ ਲਈ ਉਹ 17 12 2021 ਰਹੇਗਾ ਜੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਜਿਹੜੀ ਹੈ ਜੀ ਉਹ ਤੁਹਾਡੀ ਹੋ ਜਾਏਗੀ 22 12 2021 ਤੱਕ ਜਿਹ ਇਸ ਦੇ ਵਿੱਚ ਜਿਹੜੀ ਤੁਹਾਡੀ ਐਪਲੀਕੇਸ਼ਨ ਫੀ ਹੈ ਜੀ ਜਿਹੜੇ ਕੈਂਡੀਡੇਟ ਪਰਸਨਲ ਵਿਦ ਡਿਸੇਬਿਲਟੀਜ਼ ਹੈਗੇ ਨੇ ਠੀਕ ਹੈ ਜੀ ਉਹਨਾਂ ਨੂੰ ਐਗਜ਼ੈਂਪਟ ਕੀਤੀ ਗਈ ਹੈ ਫੀ ਐਸ ਸੀ ਐਸ ਟੀ ਕੈਟਾਗਰੀ ਨੂੰ 800 ਰੁਪਏ ਪਲੱਸ ट्रांजैक्शन ਚਾਰजेस ਪੇ ਕਰਨੇ ਹੋਣਗੇ ਤੇ ਓ ਬੀ ਸੀ ਈ ਡਬਲਯੂ ਐਸ ਜਨਰਲ ਕੈਟਾਗਰੀ ਨੂੰ 1500 ਰੁਪਏ ਜਿਹੜਾ ਜੀ ਪਲੱਸ ट्रांजैक्शन ਚਾਰजेस ਉਹ ਪੇ ਕਰਨੇ ਹੋਣਗੇ ਜੀ ਮੋਡ ਆਫ ਪੇਮੈਂਟ ਜਿਹੜਾ ਰਹੇਗਾ ਉਹ ਤੁਸੀਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਤੇ ਨੈਟ ਬੈਂਕਿੰਗ ਦੇ ਥਰੂ ਜਿਹੜੇ ਜੀ ਉਹ ਪੇ ਕਰ ਸਕਦੇ ਹੋ ਹੁਣ ਅਸੀਂ ਗੱਲ ਕਰ ਰਹੇ ਨੇ ਸੈਲਰੀ ਦੀ ਜੋ ਕਿ ਕਿਹੜੀ ਕਿਹੜ ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਸੀਨੀਅਰ ਰੈਜ਼ੀਡੈਂਟ ਐਂਡ ਸੀਨੀਅਰ ਮੈਡੀਕਲ ਆਫੀਸਰ ਦੀ ਜਿਹਦੀ ਸੈਲਰੀ 67700 ਪਲੱਸ ਐਨਪੀਏ ਦਿੱਤਾ ਜਾਏਗਾ ਉਸ ਤੋਂ ਬਾਅਦ ਸੀਨੀਅਰ ਡੈਮੋਨਸਟਰੇਟਰ ਮੈਡੀਕਲ ਦੀ ਜਿਹੜੀ ਹੈ ਕਿ 67000 ਪਲੱਸ ਐਨਪੀਏ ਮਿਲੇਗਾ ਤੁਹਾਨੂੰ ਸੀਨੀਅਰ ਡੈਮੋਨਸਟਰੇਟਡ ਨਾਨ ਮੈਡੀਕਲ ਦੀ ਜਿਹੜੀ ਹੈ ਜੀ ਉਹਦੇ ਲਈ ਸੈਲਰੀ ਜਿਹੜੀ ਹੈ ਜੀ 52100 ਰਹੇਗੀ ਜੂਨੀਅਰ ਡੈਮੋਨਸਟਰੇਟਰ ਮੈਡੀਕਲ ਦੀ 35400 ਪਲੱਸ ਐਨਪੀਏ ਮਿਲੇਗਾ ਜੂਨੀਅਰ ਡੈਮੋਨਸਟਰੇਟਡ ਨਾਨ ਮੈਡੀਕਲ ਦੀ 35400 ਜਿਹੜੀ ਹੈ ਜੀ ਸੈਲਰੀ ਉਹ रहेਗੀ ਹੁਣ ਅਸੀਂ ਗੱਲ ਕਰ ਲੈਣੇ ਐਲੀਜੀਬਿਲਿਟੀ ਦੀ ਜੋ ਕਿ ਪੋਸਟ ਵਾਈਜ਼ ਹੈ ਜੀ ਉਸ ਤੋਂ ਲਈ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜਿਹੜੀ ਸੀਨੀਅਰ ਰਜਿਸਟੈਂਟ ਦੀਆਂ ਪੋਸਟਾਂ ਨੇ ਜਿਨ੍ਹਾਂ ਨੇ ਵੀ ਮੈਡੀਕਲ ਕੁਆਲੀਫਿਕੇਸ਼ਨ ਜਿੰਨਾਂ ਕੋ ਫਰਸਟ ਸੈਕਿੰਡ ਸ਼ੈਡਿਊਲ ਦੇ ਵਿੱਚ ਹੈਗੀ ਹੈ ਤਾਂ ਜਿਨ੍ਹਾਂ ਨੇ ਵੀ ਇੰਡੀਅਨ ਮੈਡੀਕਲ ਕਾਉਂਸਲ ਐਕਟ ਦੇ ਅੰਡਰ ਪਾਸ ਆਊਟ ਕੀਤੀ ਹੋਈ ਹੈ ਠੀਕ ਹੈ ਜੀ ਕੁਆਲੀਫਿਕੇਸ਼ਨ ਹੈਗੀ ਉਹਨਾਂ ਕੋ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਔਰ ਤੁਸੀਂ ਸੈਂਟਰ ਅਤੇ ਸਟੇਟ ਮੈਡੀਕਲ ਕਾਉਂਸਲ ਦੇ ਅੰਡਰ ਰਜਿਸਟਰਡ ਹੋਣੇ ਜ਼ਰੂਰੀ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਐਮਡੀ ਐਮਐਸ ਦੇ ਵਿੱਚ ਕੀਤੀ ਹੋਈ इंडियन यूनिवर्सिटी ਤੋਂ ਜਾਂ ਇੰਸਟੀਟਿਊਟ ਆਫ ਰੈਕੋਗਨਾਈਜ਼ਡ ਜਿਹੜੇ ਕਿ ਮੈਡੀਕਲ ਕਾਉਂਸਲ ਇੰਡੀਆ ਵੱਲੋਂ ਠੀਕ ਹੈ ਜੀ ਇਹ ਐਮਸੀਆ ਰੈਕੋਗਨਾਈਜ਼ ਕੁਆਲਿਫਿਕੇਸ਼ਨ ਹੈਗੀ ਹੈ ਤੁਹਾਡੇ ਕੋਲ ਤੁਸੀਂ ਅਪਲਾਈ ਜਿਹੜਾ ਜੀ ਕਰ ਸਕਦੇ ਹੋ ਇਹਨਾਂ ਦੇ ਲਈ ਉਹਨਾਂ ਦੇ نیچے ਸਪੈਸ਼ਲਿਟੀ ਲਿਖੀ ਹੋਈ ਹੈ ਠੀਕ ਹੈ ਜੀ ਕੁਆਲਿਫਿਕੇਸ਼ਨ ਐਮਡੀ ਐਨੈਸਥੀਸ਼ੀਆ ਔਰ ਹੋਰ ਵੀ ਅਲੱਗ-ਅਲੱਗ ਜਿਹੜੇ ਨੇ ਉਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਦੇ ਇਸ ਦੇ ਵਿੱਚ ਨੈਕਸਟ ਪੋਸਟ ਦੇ ਬਾਰੇ ਵਿੱਚ ਸੀਨੀਅਰ ਡੈਮੋਨਸਟ੍ਰੇਟਰ ਦੇ ਲਈ ਜਿਨ੍ਹਾਂ ਨੇ ਜਿਹੜੀ ਸਪੈਸ਼ialਟੀ ਹੈਗੀ ਆ ਬਾਇਓਫਿਜ਼ਿਕਸ ਦੇ ਵਿੱਚ ਅਗਰ ਪੋਸਟ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਈ ਹੈ ਐਮ ਐਸ ਸੀ ਕੀਤੀ ਹੋਈ ਹੈ ਬਾਇਓਫਿਜ਼ਿਕਸ ਦੇ ਵਿੱਚ ਜਾਂ ਬਾਇਓਟੈਕਨੋਲੋਜੀ ਦੇ ਵਿੱਚ ਬਾਇਓ ਇਨਫੋਰਮੈਟਿਕਸ ਦੇ ਵਿੱਚ ਠੀਕ ਹੈ ਜੀ ਕੰਪਿਊਟਰ ਕੰਪਿਊਟੇਸ਼ਨਲ ਐਂਡ ਸਿਸਟਮ ਬਾਇਓਲੋਜੀ ਦੇ ਵਿੱਚ ਕੀਤੀ ਹੋਈ ਹੈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਪੀ ਐਚ ਡੀ ਡਿਗਰੀ ਕੀਤੀ ਹੋਈ ਹੈ ਲਾਈਫ ਸਾਇੰਸ ਦੇ ਵਿੱਚ ਕਿਸੇ ਰਿਕੋਗਨਾਈਜ਼ਡ ਇੰਡੀਅਨ ਯੂਨੀਵਰਸਿਟੀ ਤੋਂ ਤਾਂ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਜਾਂ ਫਿਰ ਤੁਹਾਡੇ ਕੋਲ ਪੀ ਐਚ ਡੀ ਡਿਗਰੀ ਹੈਗੀ ਹੈ ਅੰਡਰ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਨੀਚੇ ਸਪੈਸ਼ਲਿਟੀ ਮੈਂਸ਼ਨ ਨੇ ਉਹਦੇ ਅੰਡਰ ਕਿਹੜੀ ਕਿਹੜੀ ਕੁਆਲਿਫੀਕੇਸ਼ਨ ਉਹ ਵੀ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਜੀ ਜੂਨੀਅਰ ਐ ਸਿਨੀਅਰ ਡੈਮੋਨਸਟ੍ਰੇਟਰਸ ਲਈ ਵੀ ਤੁਸੀਂ ਐਮ ਐਸ ਸੀ ਕੀਤੀ ਹੋਈ ਹੈ ਰਿਸਪੈਕਟਿਵ ਫੀਲਡ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਅਪਲਾਈ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਹੋਰ ਵੈਕੈਂਸੀਜ਼ ਦੀ ਗੱਲ ਕਰਾਂ ਜੂਨੀਅਰ ਅਤੇ ਸੀਨੀਅਰ ਡੈਮੋਨਸਟ੍ਰੇਟਰ ਮੈਡੀਕਲ ਨਾਨ ਮੈਡੀਕਲ ਦੇ ਲਈ ਉਹਨਾਂ ਨੇ ਕੁਆਲਿਫਿਕੇਸ਼ਨ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੇ ਵੀ ਇਹ ਰੈਲੇਵੈਂਟ ਕੁਆਲਿਫਿਕੇਸ਼ਨ ਦੇ ਵਿੱਚ ਉਹਨਾਂ ਕੋ ਹੈਗੀ ਹੈ ਜੀ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਤੁਹਾਨੂੰ ਮੈਂ ਦੱਸ ਦਾਂਗਾ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰਨਾ ਹੈ ਜੀ ਜਿਹੜੀ ਇਹਦੇ ਵਿੱਚ ਇਹਨਾਂ ਨੇ 45 ਸਾਲ ਤੱਕ ਦੇ ਕੈਂਡੀਡੇਟ ਨੇ ਜਿਹੜੇ ਨੇ ਉਹਨਾਂ ਨੂੰ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਐਸਸੀ ਐਸਟੀ ਨੂੰ 5 ਸਾਲ ਦਾ ਓਬੀਸੀ ਨੂੰ 3 ਸਾਲ ਦਾ ਪੀ ਡਬਲਯੂ ਬੀ ਡੀ ਨੂੰ 10 ਸਾਲ ਦਾ ਈਜ਼ ਰੈਲੈਕਸ

ਠੀਕ ਹੈ ਜੀ ਇੱਕ ਸਰਵਿਸ ਮੈਨ ਨੂੰ 5 ਸਾਲ ਦਾ ਜਿਹੜਾ ਏਜ ਰੈਲੈਕਸੇਸ਼ਨ ਹੈ ਉਹ ਇਹਦੇ ਵਿੱਚ ਦਿੱਤਾ ਜਾਏਗਾ ਸੈਂਟਰ ਗਵਰਨਮੈਂਟ ਸਿਵਲ ਇੰਪਲੋਇਸ ਨੂੰ 5 ਸਾਲ ਦਾ ਦਿੱਤਾ ਜਾਏਗਾ ਜੀ ਬਾਕੀ ਤੁਸੀਂ ਅਦਰ ਕੈਟਾਗਰੀ ਦੇ ਬਿਲੋਂਗ ਕਰਦੇ ਹੋ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਏਜ ਰੈਲੈਕਸੇਸ਼ਨ ਨੂੰ ਲੈ ਕੇ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੇ ਕੋਲ ਸਰਟੀਫਿਕੇਟ ਤੁਹਾਨੂੰ ਜਿਹੜੇ ਪ੍ਰੋਵਾਈਡ ਕਰਵਾਉਣੇ ਪੈਣਗੇ ਠੀਕ ਹੈ ਜੀ ਜਿਹੜੀ ਵੀ ਕੈਟਾਗਰੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਜੀ ਇਹਦੇ ਲਈ ਤੁਸੀਂ ਸਿੰਪਲੀ ਔਨਲਾਈਨ ਅਪਲਾਈ ਕਰਨਾ ਹੋਏਗਾ ਜੀ ਪੂਰਾ ਪ੍ਰੋਸੈਸ ਉਹਨਾਂ ਨੇ نیچے ਲਿਖਿਆ ਹੋਇਆ ਹੈ ਜੇ ਨੋਟੀਫਿਕੇਸ਼ਨ ਜਿਹੜਾ ਹੈ ਸਾਈਟ ਤੇ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੁੰਦਾ ਹੈ ਜੀ ਰਿਟਨ ਟੈਸਟ ਜਿਹੜਾ ਹੈ ਜੀ ਉਹਦੇ ਲਈ ਹੋਏਗਾ ਤੁਹਾਡਾ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਇਹਦੇ ਵਿੱਚ ਟੋਟਲ 100 ਮਾਰਕਸ ਹੋਣਗੇ ਜਿਹਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਜੋ ਕਿ ਸੀਬੀਟੀ ਟੈਸਟ ਹੈ 75 ਨੰਬਰ ਦਾ ਡਿਮਾਇਨੈਂਟਲ ਇੰਟਰਵਿਊ ਤੇ ਅਸੈਸਮੈਂਟ ਜਿਹੜੀ ਉਹਨਾਂ ਦੀ ਹੋਏਗੀ ਉਹਦੇ 25 ਮਾਰਕ ਜਿਹੜੇ ਨੇ ਉਹ ਅਲੱਗ ਤੋਂ ਹੋਣਗੇ ਜੀ ਤੇ ਚਲੋ ਹੁਣ ਮੈਂ ਨੈਕਸਟ ਤੁਹਾਨੂੰ ਦੱਸ ਦਿੰਦਾ ਹੈ ਜੀ ਅਪਲਾਈ ਕਿੱਦਾਂ ਕਰਨਾ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦੀ ਵੈੱਬਸਾਈਟ ਜੋ ਕਿ pgiimer.edu.in ਤੇ ਜਾਣਾ ਜੀ ਰਿਕਰੂਟਮੈਂਟ ਸੈਕਸ਼ਨ ਦੇ ਵਿੱਚ ਸਬਮਿਟ ਕਰਨਾ ਹੈ ਤੁਸੀਂ ਆਨਲਾਈਨ ਐਪਲੀਕੇਸ਼ਨ ਜੋ ਕਿ ਪ੍ਰਿਸਕ੍ਰਾਈਬਡ ਫਾਰਮਰ ਦੇ ਵਿੱਚ ਹੈ ਰਜਿਸਟ੍ਰੇਸ਼ਨ ਪਹਿਲਾਂ ਤੁਸੀਂ ਆਪਣੇ ਆਪ ਨੂੰ ਕਰ ਲੈਣਾ ਫਿਰ ਤੁਸੀਂ ਅਪਲਾਈ ਕਰਨਾ ਹੈ ਜੀ ਔਰ ਇਸ ਤੋਂ ਬਿਲ ਤੁਸੀਂ ਜਿਹੜੀ ਲਾਸਟ ਡੇਟ ਆ ਤਦ ਤੱਕ ਵੀਟ ਨਹੀਂ ਕਰਨਾ ਪਹਿਲਾਂ ਤੁਸੀਂ ਜਾ ਕੇ ਅਪਲਾਈ ਕਰ ਲੈਣਾ ਜੀ ਔਰ ਜਿਹੜੀ ਐਬ੍ਰੀਵੀਏਸ਼ਨਸ ਹੈਗੀਆਂ ਨੇ ਜਿਦਾ ਕਿ OBC SC ST ਇਹਦੀ ਐਬ੍ਰੀਵੀਏਸ਼ਨ ਪਹਿਲਾਂ ਚੈੱਕ ਕਰ ਲੈਣਾ ਪੂਰਾ ਫਾਰਮ ਜਿਹੜਾ ਹੈ ਜੀ 31 ਪੇਜਾਂ ਦਾ ਹੈਗਾ ਤੁਸੀਂ ਇਹਨੂੰ ਪ੍ਰੋਪਰ ਚੈੱਕ ਕਰਕੇ ਫਿਰ ਹੀ ਅਪਲਾਈ ਕਰਨਾ ਹੈ ਜਦੋਂ ਤੁਸੀਂ ਅਪਲਾਈ ਕਰ ਸਕਦੇ ਹੋ ਠ ਅਗਰ ਤੁਸੀਂ ਉਸ ਤੋਂ ਬਾਅਦ ਆਪਣੀ ਐਪਲੀਕੇਸ਼ਨ ਸਬਮਿਟ ਹੋ ਜਾਂਦੀ ਹੈ ਨੋਟੀਫਿਕੇਸ਼ਨ ਨੰਬਰ ਮਿਲ ਜਾਂਦਾ ਤੁਹਾਨੂੰ ਤਾਂ ਤੁਸੀਂ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਜੀ ਐਪਲੀਕੇਸ਼ਨ ਫੀ ਹੈ ਉਹ ਵੀ ਆਨਲਾਈਨ ਤੁਸੀਂ ਜਿਹੜੀ ਹੈ ਸਬਮਿਟ ਕਰਨੀ ਹੋਏਗੀ ਬਾਕੀ ਸਟੈਪ ਬਾਏ ਸਟੈਪ ਇਹਨਾਂ ਨੇ ਮੈਂਸ਼ਨ ਜਰੂਰ ਕੀਤਾ ਹੋਇਆ ਹੈ ਲਿੰਕ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਫਿਰ ਵੀ ਕੋਈ ਦਿੱਕਤ ਆਏਗੀ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ